ਕੀ ਮਾਮਲਾ ਕੀ ਹੈ ਭਾਜੀ ਇਹ ਕਿ ਸਾਡਾ ਮਾਸਟਰ ਸਲਾਕਰ ਫੈਕਟਰੀ 'ਚ ਕੰਮ ਕਰਦਾ ਹੈ ਅੱਛਾ ਜੀ ਠੀਕ ਹੈ ਜੀ ਅਸੀਂ ਅੱਜ ਤੋਂ ਘਰ ਵੀ 10-12 ਸਾਲ ਹੋ ਗਏ ਸਾਡਾ ਜਾਨੀ ਕੋ ਬਹੁਤ ਕਲੋਜ਼ ਸੀ ਬੰਦਾ ਇੰਨਾ ਨਾਈਸ ਸੀ ਤਾਂ ਮੈਂ ਕਿਹਾ ਪੁੱਛੂਗਾ ਉਹ ਬੰਦਾ ਕੰਮ ਤੋਂ ਆ ਰਿਹਾ ਆਹ ਦੇਖੋ ਤੁਸੀਂ ਪਿੱਛੇ ਵੀ ਤੁਹਾਡੇ ਉਹ ਵੇਖ ਲਓ ਆਹ ਸੀਵਰੇਜ ਬਿਨਾਂ ਮਤਬਲ ਤੋਂ ਆਹ ਵੇਖੋ ਇੱਥੇ ਜਦੋਂ ਮਰਜ਼ੀ ਆ ਕੇ ਵੇਖ ਲਓ ਇੱਥੇ ਜਾਮ ਸ਼ਾਮ ਨੂੰ ਸਵੇਰੇ ਇੰਨੀ ਟ੍ਰੈਫਿਕ ਹੁੰਦੀ ਆ ਮੈਂ ਕਹਿੰਦਾ ਪੁੱਛੋ ਕੁਛ ਇਹਦੀ ਵਜ੍ਹਾ ਨਾਲ ਸਾਰਾ ਕੰਮ ਇਹਦੀ ਵਜ੍ਹਾ ਨਾਲ ਹੋਇਆ ਪੇਪਰ ਵਾਲਾ ਆਇਆ ਉਹਨੇ ਇਹ ਤਾਂ ਹੈ ਨਹੀਂ ਸੀ ਕੋਈ 5-7 ਦੀ ਸਪੀਡ 'ਤੇ ਤੇਜ਼ ਆਇਆ ਨਸ਼ਾ ਕਰਕੇ ਟਿੱਪਰ ਚਲਾਉਂਦੇ ਨੇ ਬੰਦਾ ਮਾਰ ਕੇ ਫਿਰ ਇੱਥੋਂ 9-10 ਦੀ ਸਪੀਡ 'ਤੇ ਮੋਟਰਸਾਈਕਲ ਵੱਧ ਨਹੀਂ ਜਾ ਸਕਦਾ ਅਤੇ ਜਿਹੜਾ ਮੌਕੇ 'ਤੇ ਟਿੱਪਰ ਇਹਨਾਂ ਨੇ ਇੱਥੋਂ ਭਜਾ ਦਿੱਤਾ ਕਿੰਨੇ ਨੇ ਭਜਾਇਆ ਇੱਥੇ ਜਿਹੜੇ ਹੁਣ ਜਿਹੜੇ ਪ੍ਰਸ਼ਾਸਨ ਵਾਲੇ ਖੜ੍ਹੇ ਸੀ ਵੀ ਉਂਝ ਨਾਕਾ ਲੱਗਿਆ ਹੋਵੇ ਤੁਹਾਨੂੰ ਰਾਲਾ ਰਲੀ ਮਿਲੀ ਭਗਤ ਰਲੀ ਮਿਲੀ ਭਗਤ ਹੀ ਆ ਹੋਰ ਕੀ ਆ ਹੁਣ ਟਿੱਪਰ ਇੱਥੇ ਬੁਲਾਉਣ ਇੱਥੇ ਮੌਕੇ 'ਤੇ ਹੁਣ 2 ਨੰਬਰ ਦਾ ਕੰਮ ਚੱਲਦਾ ਰੇਤੇ ਦਾ ਇਹ ਤਾਂ ਐਵੇਂ ਜੀ 1 ਨੰਬਰ ਦਾ ਅਸੀਂ ਲਾਸ਼ ਜਦ ਤੱਕ ਇੱਥੇ ਟਿੱਪਰ ਨਹੀਂ ਆਊਗਾ ਅਸੀਂ ਇੱਦਾਂ ਹੀ ਰੋਡ ਬੰਦ ਕਰਕੇ ਅਸੀਂ ਇੱਥੇ ਜਦ ਤੱਕ ਟਿੱਪਰ ਇੱਥੇ ਨਹੀਂ ਆਉਂਦਾ ਬੰਦਾ ਨਹੀਂ ਕਰਦੇ ਰੈਸਟ ਕਰਦੇ ਕਾਰਵਾਈ ਨਹੀਂ ਹੁੰਦੀ ਅਸੀਂ ਇੱਥੋਂ ਨਹੀਂ ਲੈਣਾ ਹੈਗਾ ਨਾ ਅਸੀਂ ਡੈਡ ਬੋਡੀ ਆਹ 3 ਮਹੀਨੇ ਹੋ ਗਏ ਅਸੀਂ ਵਿੱਚ ਦੇ ਕੋਇਲ ਪੱਟੇ ਨੂੰ ਇਹ ਦੱਸੋ ਮੈਨੂੰ ਇੱਥੇ ਕਿਹੜਾ ਵਾੜ ਆਈ ਆ पड़ताल करते हैं कि आम पब्लिक के दसवीं मुताबिक चित्र डिजल वर्ती तो राहों रोड से गुजारे एक्सीडेंट हो पड़ताल कर रहे ये पड़ताल कर रहे स्पीडी सी ਉਹਦੀ ਪੜਤਾਲ ਅੱਗੇ ਦੇਖ ਰਹੇ ਹਾਂ ਪੜਤਾਲ ਤੋਂ ਅੱਗੇ ਜੋ ਸਾਹਮਣੇ ਆਊਗਾ ਤੁਹਾਨੂੰ ਪੂਰੀ ਜਾਣਕਾਰੀ ਦੇ ਅਤੇ ਸਰ ਇੱਕ ਚੀਜ਼ ਹੋਰ ਇਸ ਕਹਿੰਦੇ ਟਿੱਪਰ ਵੀ ਮੌਕੇ 'ਤੇ ਖੜ੍ਹਾ ਰਿਹਾ ਵਾ ਉਹਨੇ ਵੀਡੀਓ ਬਣਾਈ ਆ ਉਸ ਤੋਂ ਬਾਅਦ ਵੀ ਭਜਾਇਆ ਗਿਆ ਵਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਾਡੇ ਧਿਆਨ 'ਚ ਨਹੀਂ ਗੱਲ ਆਈ ਹਜੇ ਪੜਤਾਲ ਕਰ ਰਹੇ ਹਾਂ ਮੁਲਾਜ਼ਮ ਉਸ ਨੂੰ ਮੌਜੂਦ ਜਿੱਥੇ ਟਿੱਪਰ ਭਜਾਇਆ ਗਿਆ ਪੜਤਾਲ ਕਰ ਰਹੇ ਹਾਂ ਪੜਤਾਲ ਕਰਨ ਤੋਂ ਬਾਅਦ ਟਾਈਮ ਸਿਰ ਪਹੁੰਚੀ ਸੀ ਟਾਈਮ ਪੁਲਿਸ ਬਿਲਕੁਲ ਟਾਈਮ 'ਤੇ ਪਹੁੰਚੀ ਹੈ ਜੀ ਬਿਆਨ ਇਹਨਾਂ ਨੇ ਹੁਣ ਤੱਕ ਰਿਲੀਜ਼ ਕੀਤਾ ਹੈ ਹੁਣ ਲਿਖਾ ਦੇ ਬਿਆਨਾਂ ਤੋਂ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਜਿਹੜੀ ਬਣਦੀ ਕਾਰਵਾਈ ਹੋਊਗੀ ਉਹ ਜੋ ਪੁਲਿਸ ਪਹੁੰਚੀ ਆ ਉਹਦੇ ਟਿੱਪਰ ਇੱਥੇ ਸੀਗਾ ਉਹਦੇ ਕੀ ਕਾਰਵਾਈ ਕੀਤੀ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਜਿਸ ਤਰ੍ਹਾਂ ਪੁਲਿਸ ਪਹੁੰਚ ਕੇ ਟਿੱਪਰ ਇੱਥੇ ਸੀਗਾ ਤੁਹਾਨੂੰ ਇੱਥੇ ਟਿੱਪਰ ਨਹੀਂ ਠੀਕ ਹੈ ਅਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਅਕੋਰਡਿੰਗ ਟੂ ਜਿਵੇਂ ਉਹ ਬਿਆਨ ਦੇ ਰਹੇ ਨੇ ਜਾਂ ਪੜਤਾਲ ਦੇ ਮੁਤਾਬਕ ਜੋ ਵੀ ਗਲਤੀ ਕੇਸ ਸਾਹਮਣੇ ਆਉਂਦੀ ਆ ਉਹਦੇ ਬਰਖਲਾਫ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਸਰ ਆਏ ਦਿਨ ਇਸ ਰੋਡ ਉੱਤੇ ਐਕਸੀਡੈਂਟ ਹੁੰਦੇ ਨੇ ਬੀਤੇ ਹਫ਼ਤੇ ਵੀ ਕਹਿੰਦੇ ਬੱਚੇ 2 ਬੱਚੇ ਵੀ ਨੀਚੇ ਆਏ ਸੀ ਇੱਦਾਂ ਕੋਈ ਵਾਕਿਆ ਹੋਇਆ ਨਾ ਮੇਰੇ ਧਿਆਨ 'ਚ ਕੋਈ ਨਹੀਂ ਆ ਆਹ ਪਹਿਲਾ ਇੰਸੀਡੈਂਟ ਹੋਇਆ ਮੇਰੇ ਧਿਆਨ 'ਚ ਹੋਇਆ ਪਹਿਲਾ ਇੰਸੀਡੈਂਟ ਹੋਇਆ ਪਹਿਲੀ ਵਾਰੀ ਹੋਇਆ ਪਿਛਲੇ ਹਫ਼ਤੇ ਕੋਈ ਨਹੀਂ ਹੋਇਆ ਮੇਰੇ ਧਿਆਨ 'ਚ ਸਾਡੇ ਸਾਨੂੰ ਕਿਸੇ ਨੇ ਇਸ ਬਾਰੇ ਨਹੀਂ ਦੱਸਿਆ ਕਿ ਪਿਛਲੇ ਹਫ਼ਤੇ ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਸਾਨੂੰ ਕਿਸੇ ਨੇ ਜਾਣਕਾਰੀ ਨਹੀਂ ਮੇਰੇ ਧਿਆਨ 'ਚ